ਮਹਿਕਮੇ ਦਾ ਕੋਈ ਧਿਆਨ ਨਹੀਂ। ਅਸੀਂ ਕੱਲ੍ਹ ਤੜਕੇ ਦਾ ਜਦੋਂ ਦਾ ਮੀਂਹ ਪਿਆ ਉਸ ਤੋਂ ਲੈ ਕੇ ਰਾਤ ਦੇ 2 ਵਜੇ ਤੱਕ ਨਹਿਰ ਦੇ ਉੱਤੇ ਹਾਂ, ਨਾ ਜੇਈ ਨਾ SDO, ਕੋਈ ਵੀ ਕਿਸੇ ਨੇ ਵੀ ਗੇੜਾ ਨਹੀਂ ਮਾਰਿਆ, ਸਾਨੂੰ ਕੋਈ ਨਹੀਂ ਟੱਕਰਿਆ। ਇੱਕ ਮੇਟ ਹੈ ਓਮ ਪ੍ਰਕਾਸ਼, ਇੱਕ ਉਹਦੇ ਨਾਲ ਉਹਦਾ ਹੇਠਲਾ ਮੁਲਾਜ਼ਮ ਹੈ, ਉਹ 2 ਜਣੇ ਸਾਡੇ ਨਾਲ ਸੀ ਰਾਤ ਨੂੰ, ਹੋਰ ਕੋਈ ਨਹੀਂ ਸੀਗਾ। ਮਹਿਕਮੇ ਹਾਂ ਐਡਾ ਸਾਡੇ ਨਾਲ ਪਤਾ ਨਹੀਂ ਕੀ ਵੈਰ ਹੈ। ਸਾਡੇ ਕੋਲ ਕੁੱਲ 10 ਕਿੱਲੇ ਜ਼ਮੀਨ ਹੈ, ਸਾਰੀ ਸਾਰਿਆਂ ਤੋਂ ਨੀਵੀਂ ਪੈਂਦੀ ਹੈ, ਸਾਬਕਾ ਸਰਪੰਚ ਪਰਮਜੀਤ ਦੇ ਨਾਲ ਪੈਂਦੀ ਹੈ, ਜਮਾਂ ਵੱਟ ਸਾਂਝੀ ਆ, ਸਾਂਝੀ ਆ ਸਾਡੀ। 3 ਸਾਲ ਪਹਿਲਾਂ ਪਰਮਜੀਤ ਸਿੰਘ ਸਰਪੰਚ ਦੇ ਬਾਂਹ 'ਚ ਟੁੱਟੀ, ਉਦੋਂ ਸਾਡਾ ਇਹਦਾ ਬਾਂਹ ਰੇਗੀ ਨਾਲ ਭਰਿਆ, ਮੇਰਾ ਬਾਂਹ ਰੇਗੀ ਨਾਲ ਭਰਿਆ, ਅਤੇ 3.5 ਕਿੱਲੇ ਖਾਲ ਡਿੱਗ ਗਿਆ। ਜਿਹੜੇ ਇੱਥੇ ਕਹਿ ਰਹੇ ਕੱਚੀਆਂ ਟੋਟਾਂ ਕਾਫੀ ਸਮੇਂ ਤੋਂ, ਉਹ ਵੀ ਸਰਕਾਰ ਨੇ ਨਹੀਂ ਪੇ ਕਰਵਾਈ ਕਿਸੇ ਨੂੰ। ਇਹਨਾਂ ਨੂੰ ਜੇਈ ਸਾਹਿਬ ਨੇ ਮੇਟ ਨੂੰ ਪੁੱਛਿਆ ਵੀ ਟੋਟ ਕਿੱਥੇ ਹੈ, ਜੇ ਜੇਈ ਸਾਹਿਬ ਨਹਿਰ 'ਤੇ ਗੇੜਾ ਮਾਰੇ ਤਾਂ ਪਤਾ ਨਾ ਲੱਗੇ ਵੀ ਟੋਟ ਕਿੱਥੇ ਹੈ। ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਮੁੱਖ ਮੰਤਰੀ ਸਾਹਿਬ ਨੂੰ ਅਸੀਂ ਮੇਲ ਪਾਈ ਹੈ ਜੀ, ਉਹਨੇ ਹਜੇ ਤੱਕ ਮੇਲ ਹੀ ਨਹੀਂ ਚੈੱਕ ਕੀਤੀ। ਜਿਹੜੇ ਕਹਿੰਦੇ ਸੀ ਵੀ ਜੁਲਾਈ ਜੂਨ ਜੁਲਾਈ 'ਚ ਅਸੀਂ ਨਹਿਰਾਂ ਸਾਫ਼ ਕਰਾ ਦੀਆਂ, ਫਸਾਨੀਆਂ ਕਰਤੀਆਂ, ਆਹ ਜੂਨ ਜੁਲਾਈ ਤੋਂ ਬਾਅਦ ਹੋ ਗਿਆ ਡੇਡਾ ਘਾਹ ਐਡਾ ਐਡਾ ਹੋਇਆ ਖੜਾ ਲੱਕ ਲੱਕ। ਹੁਣ ਮੰਗ ਕੀ ਹੈ ਮੁੱਖ ਮੰਤਰੀ ਸਾਹਿਬ ਤੋਂ, ਸਰਕਾਰ ਤੋਂ? ਸਰਕਾਰ ਤੋਂ ਸਾਡੇ ਤਾਂ ਇਹ ਮੰਗ ਹੈ ਵੀ ਆਹ ਜਿਹੜਾ ਜਿੰਨਾ ਟੋਟਾ ਦੁਬਾਰੀ ਵਾਲ ਤੋਂ ਬਣਿਆ ਜਾਵੇ, ਸਫਾਈ ਕਰਾਈ ਜਾਵੇ ਪਹਿਲਾਂ ਤਾਂ, ਉਦੋਂ ਬਾਅਦ ਜਿਹੜੀ ਪਰਲੀ ਸਾਈਡ ਆ ਉਧਰਲੇ ਪਾਸੇ ਮਿੱਟੀ ਪੂਰੀ ਕੀਤੀ ਜਾਵੇ, ਤੇ ਜੋ ਟੋਟਾਂ ਕੱਚੀਆਂ ਉਹ ਪੱਕੀਆਂ ਕੀਤੀਆਂ ਜਾਣ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜੀ ਅਵਤਾਰ ਸਿੰਘ ਮਿਠੜੀ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਬਲਾਕ ਦਾ ਪ੍ਰਧਾਨ ਹਾਂ ਜੀ ਮੈਂ। ਆਹ ਜਿਹੜਾ ਅੱਜ ਮੇਰਾ ਵੀ ਖੇਤ ਹੈ, ਜਿਹੜਾ ਇੱਥੋਂ 7.5 ਕਿੱਲੇ ਬਾਣ ਜਿਹੜਾ ਮੇਰਾ ਇੱਥੇ ਲੱਗਦਾ ਜੀ, ਇੱਥੇ ਜਿਹੜਾ ਪਹਿਲੀ ਵਾਰੀ ਨਹੀਂ ਟੁੱਟੀ ਨਹਿਰ ਹੈ, ਇਹ ਜਿਹੜੀ ਕੱਸੀ ਹੈ ਆਏ ਸਾਲ ਟੁੱਟਦੀ ਹੈ। ਆਹ ਪਿੱਛੇ ਪੁਲਾਂ ਤੋਂ ਲੈ ਕੇ ਜਿਹੜਾ ਅੱਗੇ ਮਹਿਣੇ ਵਾਲਾ ਪੁਲ ਹੈ, ਇੱਥੇ ਆਏ ਸਾਲ ਟੁੱਟਦੀ ਹੈ। ਇਹ ਸਰਕਾਰ ਦੀ ਵੱਡੀ ਨਾਕਾਮੀ ਹੈ, ਕਿਉਂਕਿ ਆਹ ਜਿਹੜੀ ਹੈ ਸਫਾਈ ਨਹੀਂ ਕਰਾਈ, ਕਿਉਂਕਿ ਸਰਕਾਰ ਨੇ ਜਦ ਫਰਜ਼ ਬਣਦਾ ਜਦੋਂ ਆਹ ਨਹਿਰ ਟੁੱਟੀ ਜਾਂਦੀ ਹੈ। ਮੈਂ ਤਾਂ ਕਹਿੰਦਾ ਜਿਹੜੀਆਂ ਡਰੇਨਾਂ ਹੈ ਅਜੇ ਹੜ੍ਹ ਆਉਣੇ ਹੈ, ਪਿੱਛੇ ਬਰਸਾਤਾਂ ਪੈਣੀਆਂ, ਉਦੋਂ ਸਰਕਾਰ ਕੀ ਕਰੂਗੀ? ਆਹ ਤੁਸੀਂ ਦੇਖੋ ਇਹ 250 ਏਕੜ ਦੇ ਵਿੱਚ ਪਾਣੀ ਖੜ੍ਹਾ ਹੈ। ਆਹ ਮੇਰੇ ਨਾਲ ਸਾਡੇ ਪਿੰਡ ਦੇ ਮੱਖਣ ਸਿੰਘ ਜੀ ਖੜ੍ਹੇ ਹੈ, ਆਹ ਇਹਨਾਂ ਦੀ ਢਾਣੀ ਹੈ, ਢਾਣੀ ਦੇ ਵਿੱਚ ਪਾਣੀ ਵੜ ਗਿਆ, ਬੰਦੇ ਵੱਟਾਂ ਬੰਨੀ ਜਾਂਦੇ ਹੈ। ਆਹ ਜਿਹੜਾ 250 ਦਾ ਨੁਕਸਾਨ ਹੋ ਗਿਆ ਕਿੱਲੇ ਦਾ, ਏਕੜ ਦਾ, ਮੇਰੇ ਖੁਦ ਦੇ 7.5 ਕਿੱਲੇ ਜ਼ਮੀਨ ਹੈ ਜਿਹੜਾ ਝੋਨਾ ਡੁੱਬਿਆ ਪਿਆ, ਤੁਸੀਂ ਦੇਖ ਲਓ ਜਾ ਕੇ। ਅਸੀਂ ਸਰਕਾਰ ਤੋਂ ਪੁਰਜ਼ੋਰ ਇਹ ਜਿਹੜੀ ਮੰਗ ਕਰਦੇ ਹਾਂ, ਆਹ ਜਿਹੜੀ ਹੈ ਸਫਾਈ ਕਰਾਈ ਜਾਵੇ, ਜਿੱਥੇ ਮਿੱਟੀ ਹੈ ਪਹਿਲੀ ਜਿਹੜੀ ਪਲੜੀ ਹੈ ਬਿਲਕੁਲ ਖਤਮ ਹੈ, ਥਾਂ ਥਾਂ ਤੋਂ ਟੁੱਟ ਰਹੀ ਹੈ ਨਹਿਰ, ਅਤੇ ਬਾਕੀ ਜਿਹੜਾ ਜਿੰਨੇ ਏਕੜ ਦੇ ਵਿੱਚ ਪਾਣੀ ਹੈ, ਸਾਡੀ ਕਣਕ ਜਿਹੜੀ ਹੈ ਝੋਨਾ ਮਰਿਆ, ਉਹਦਾ ਮੁਆਵਜ਼ਾ ਜਿਹੜਾ ਹੈਗਾ ਹੁਣ 75-76 ਦੇ ਹਿਸਾਬ ਨਾਲ ਆ ਸਾਡੇ ਕਿਸਾਨਾਂ ਨੇ ਜ਼ਮੀਨਾਂ ਠੇਕੇ 'ਤੇ ਲਈਆਂ ਹੋਈਆਂ, ਆਏ ਸਾਲ ਜਦੋਂ ਨਹਿਰ ਟੁੱਟਦੀ ਹੈ ਅਤੇ ਸਾਡੇ ਇੱਧਰ ਕੋਈ ਠੇਕੇ 'ਤੇ ਨਹੀਂ ਲੈਣ ਨੂੰ ਤਿਆਰ ਹੁੰਦਾ। ਸਾਨੂੰ ਪਤਾ ਹੈ ਵੀ ਜਿਹੜੇ ਜ਼ਮੀਨਾਂ ਦੇ ਮਾਲਕ ਹੈ ਉਹ ਕਿਵੇਂ ਠੇਕੇ 'ਤੇ ਦਿੰਦੇ ਹੈ, ਕਿੰਨੇ ਕਿੰਨੇ ਪੈਸੇ ਘਟਾ ਕੇ ਦਿੰਦੇ ਹੈ, ਪਰ ਜਿਹੜੀ ਆ ਸਰਕਾਰਾਂ ਦਾ ਕੋਈ ਖਿਆਲ ਨੀਗਾ। ਸਰਕਾਰ ਜਿਹੜੇ ਹੈਗੇ ਹੈ ਇੱਥੋਂ ਦੇ ਮੰਤਰੀ ਹੈ, ਇੱਥੋਂ ਦੇ MLA ਹੈ, ਮੈਂ ਕਹਿੰਦਾ ਵੋਟਾਂ ਵਾਲੇ ਤਾਂ 10-10, 20-20 ਗੇੜੇ ਮਾਰਦੇ ਹੈ, ਪਰ ਆਹ ਸਾਡੇ ਨੁਕਸਾਨ ਹੋਇਆ। ਕਿਸੇ ਦੇ ਵੀ ਸਰਕਾਰ ਦੇ ਨੁਮਾਇੰਦੇ ਨੇ ਗੇੜਾ ਨਹੀਂ ਮਾਰਿਆ ਗਾ। ਸਾਡੇ ਕੋਲ ਜਿਹੜਾ ਆਪਣੇ SDO ਸਾਹਿਬ, JE ਸਾਹਿਬ, ਮੇਟ ਇਹ ਆਏ ਹੈ, ਆਹ ਹੁਣ ਬੰਨਣ ਵਾਸਤੇ ਆਏ ਹੈ, ਪਰ ਜੇ ਨਹਿਰ ਛੇਤੀ ਕੀਤੇ ਕੱਲ੍ਹ ਤੱਕ, ਪਹਿਲੀ ਗੱਲ ਆ ਸ਼ਾਮ ਤੱਕ ਵਾਹੀਦੀ ਨਹੀਂ ਹੈਗੀ ਹੈ।
ਜੇ ਬੰਨਤੀ ਇਹਨਾਂ ਨੇ ਅੱਗੇ ਸਮਾਰੀ ਨਹੀਂ ਪਾਣੀ ਕਿਵੇਂ ਜਾਊਗਾ। ਮੈਂ ਤੁਹਾਡੇ ਮਾਧਮ ਰਾਹੀਂ ਇਹ ਸਰਕਾਰ ਤੱਕ ਜਿਹੜਾ ਪਹੁੰਚਾਉਣਾ ਚਾਹੁੰਦਾ ਹੈ ਵੀ ਸਾਨੂੰ ਜਿਹੜਾ ਹੈ ਮੁਆਵਜ਼ਾ ਦਿੱਤਾ ਜਾਵੇ ਅਤੇ ਨਹਿਰ ਜਿਹੜੀ ਹੈ ਪਲੜੀ ਤਗੜੀ ਕੀਤੀ ਜਾਵੇ, ਸਫਾਈ ਕਰਾਈ ਜਾਵੇ। ਧੰਨਵਾਦ ਜੀ। ਨਾਮ ਕੀ ਹੈ ਜੀ? ਮੇਰਾ ਨਾਮ ਮੱਖਣ ਸਿੰਘ ਜੀ। ਤੇ ਕਿਹੜਾ ਪਿੰਡ ਹੈ ਜੀ? ਮਿਸੜੀ ਬੁੱਧਗਰੀ। ਤੇ ਇਹ ਕੱਸੀ ਦਾ ਨਾਮ ਕੀ ਹੈ ਜੀ? ਇਹ ਕੱਸੀ ਤੇ ਆਉਣਾ ਮੈਂ ਜੀ। ਤਾਂ ਇਹ ਕਦੋਂ ਇੱਥੋਂ ਟੁੱਟ ਗਈ ਸੀ? ਇਹ ਪਹਿਲਾਂ ਗਾਂ ਤੋਂ ਟੁੱਟ ਗਈ ਸੀ, ਆਏ ਸਾਲ ਟੁੱਟਦੀ ਹੈ, ਆਏ ਸਾਲ ਟੁੱਟਣੇ ਟੁੱਟਣੇ ਨੇ ਜੀ। ਇਹਦੀ ਕੋਈ ਸਫਾਈ ਨਹੀਂ ਕਰਦੇ, ਕੋਈ ਮਿੱਟੀ ਨਹੀਂ ਪਾਉਂਦੇ ਪਾਸੇ ਤੇ। 30 ਕਿੱਲੇ ਝੋਨਾ ਮੇਰਾ ਲੱਗਿਆ ਪਿਆ ਸੀ, ਆਹ ਸਾਰਾ ਜੀ ਸਾਰਾ ਡੁੱਬ ਗਿਆ। ਉਹ ਕੋਠੀ ਦੇ ਨਾਲ ਮੇਰੇ ਪਾਣੀ ਲੱਗ ਗਿਆ, ਮੇਰੇ ਸਿਰੀ ਉੱਥੇ ਮਿੱਟੀ ਲਾਈ ਜਾਂਦੇ ਨਾਲ ਜੀ। ਉੱਧਰ ਜਲੋਰ ਸਿੰਘ ਦੀ ਕੋਠੀ ਖੜੀ ਆ, ਉਹਦੇ ਉਹਦੀ ਨੀਆਂ 'ਚ ਪਾਣੀ ਵੜ ਗਿਆ ਜੀ, ਉਹਦੇ ਕਮਰੇ ਡਿੱਗਣ ਗਏ ਜੀ। ਇਹਨਾਂ ਦਾ ਧਿਆਨ ਹੀ ਨਹੀਂ ਮਹਿਕਮੇ ਦਾ ਇੱਥੇ ਜੀ। ਤੁਸੀਂ ਫੋਨ ਫਾਨ ਕੀਤੇ ਪ੍ਰਸ਼ਾਸਨ ਵਾਲੇ ਨੂੰ, ਕੀ ਕਹਿੰਦੇ ਨੇ ਇਹ? ਆਹ ਫੋਨ ਕਰੇ ਸੀ, ਕਹਿੰਦੇ ਪਾਣੀ ਘਟਾਵਾਂਗੇ, ਪਾਣੀ ਘਟਾਵਾਂਗੇ। ਪਾਣੀ ਤਾਂ ਰੋਪੜ ਤੋਂ ਨਹੀਂ ਘਟਿਆ, ਇੱਥੋਂ ਕਿੱਥੋਂ ਘਟਾ ਦੇਣਗੇ ਰਾਹ ਚੋਂ? ਹਾਂ, ਇਹ ਕਹਿ ਰਹੇ ਸੀ ਕਿ ਜੈ ਸਾਹਿਬ ਫੋਨ ਫਾਨ ਚੱਕ ਰਹੇ। ਹਾਂ, ਜੈ ਫੋਨ ਨਹੀਂ ਚੱਕਦਾ ਜੀ। ਹਾਂ, ਤੇ ਇਹ ਆਏ ਸਾਲ ਟੁੱਟੀਆਂ ਦੀ ਨਹਿਰ ਇੱਥੇ ਜੀ? ਆਏ ਸਾਲ ਹੀ ਟੁੱਟਦੀ ਆ ਨਹਿਰ ਇੱਥੇ ਜੀ। ਉਹ ਕਿਹੜਾ ਸਾਲ ਆ ਜਿਹੜਾ ਨਹੀਂ ਟੁੱਟਦੀ ਜੀ? ਇੱਥੋਂ ਲੈ ਕੇ ਉੱਥੋਂ ਤਾਂ ਹੀ ਟੁੱਟਦੀ ਆ ਜੀ, ਮਹਿਣਾ ਦੇ ਹੱਦ ਤਾਂ ਜੀ। ਤੇ ਇੱਥੇ ਸਫਾਈ ਵੀ ਨਹੀਂ ਹੋਈ ਅੱਜ? ਸਫਾਈ ਹੋਈ ਨਹੀਂ, ਕਰਦੇ ਨਹੀਂ ਸਫਾਈ, ਕਰ ਜਮੇ ਨਹੀਂ ਕਰਦੇ ਜੀ ਸਫਾਈ, ਧਿਆਨ ਹੀ ਨਹੀਂ ਇਹਨਾਂ ਦਾ। ਹਾਂਜੀ, ਤੇ ਗੱਲ ਇਹ ਹੋ ਰਹੀ ਸਾਹਮਣੇ ਆ ਰਹੀ ਸੀ ਕਿ ਇੱਥੇ ਬੰਦੇ ਤਾਂ ਲੱਗੇ ਸੀ ਪਰ ਸਫਾਈ ਨਹੀਂ ਹੋਈ। ਨਹੀਂ, ਸਫਾਈ ਨਹੀਂ ਹੋਈ। ਲੇਬਰ ਲੱਗੀ ਸੀ ਇੱਥੇ, ਨਰੇਗਾ ਲਾਏ ਸੀ? ਲਾਏ ਨੀ, ਕੁਛ ਨੀ ਲਾਇਆ ਇਹਨਾਂ ਨੇ ਜੀ, ਜਮਾ ਡੱਕਾ ਹੀ ਲਾਇਆ ਜੀ।